زوار شاید باس کال ساگی ناڑی تو سسری فنند باد والد معروف مد اہل بیت کاریل کا سید بہر ذکر مصاحب جناب جاوید باس پاشا صاحب اف چکوال انہاں دے بعد ذاکر اہل بیت جناب ضمیر حسین آصفی صاحب ذاکر جناب عمر حسن بخاری مخدوم سید غلام بادشاہ صاحب کوثر عباس مشوری جناب محسن رضا تھیم صاحب کبیر علامہ ملک نہید عباس جگ جناب علامہ غلام جعفر جوتوئی اج ذکر پاک کے انشاءاللہ تعالی کافی سارے ذاکرین ہیں ذکر محمد و آل محمد بیان کرے سن صلوات پر محمد و آل محمد سردار دعا برے زور امام زمانہ بسم اللہ الرحمن حجت ابن الحسن علیہ وآلہ وبیہ وسلم ولی انا فزن قید النصر دلیل نتسکن هو رزق تو فی حد یا رب محمد امواول محمد صلی علی محمد امواول محمد جل فرس یا مولت یا سیدا یا مولت یا سیدا الہی عظمت والے محمد صدقہ سادات عظام دی پوڑی وچ ذاکرین دا پڑیا میں حقیر دی ڈفٹ 14 دا خالق منظور تے مقبول دعا مالک سارے وارث دا جلد ظہور فرما کچھ صفے سیدا دن لائن چمن دے قابل بنا جتنے ممنا دعائیں ذمہ لائن دعائیں مستجاب فرما جتنے ماتمی عزادار سادات غیر سادات دنیا تو ٹر گئے اندر جات بلند فرما جتنے بیمار ہیں اس بیمار دا واسطہ ہی جند بیماری دنا ہے غیرت جڑا 40 سال ماں دے برکے کو رت روند رہے سیت کاملات آ فرما جتنی جھولیاں سکھ دیں اس بیوی دی غربت واسطہ ہی جڑی یار محرم دین دودھ پیمن والے کو تتی ریت تے سما کے ٹر پئی جھولیاں آباد فرما جنہوں کو دتے نہیں زندگیاں دراز فرما انہاں پتراں دیاں ماواں دا صدقہ جنہاں دے سامنے انہاں دے پتراں دے قاتل نچدے ہیں ماواں چپ کر کے ہر ممبر دے دعا منگدا مولا اتنے تک کہیں دادار ماتمی کو موت نہ دیوے جتنے تک دیاں بہناں نال رلا کے او جان ونج دیکھن جتھا بھیرا کچھ در ہے بہن چپ کر کے رہتی ونج دیکھو نگری ونج دیکھو بازار جتھا بہ بہ کے ٹردی رہی ہے ونج دیکھو دیواراں جنہاں دیواراں تے متھا رکھڑیا رو رو کے آکھے چادر دیو میں تہارے نبی دی تھی ਸੀਦਾ ਦਾ ਹਰ ਮੋੜ 'ਤੇ ਆਦੀ ਰਹੀ ਹੈ ਹੁਣ ਡਿਓ ਚਾਹ ਅਗਲੇ ਮੋੜ 'ਤੇ ਬੁਲਾ ਦੇ ਸਾਂ ਮੈਂ ਇਕੱਲੀ ਨਾ ਮੇਰੇ ਨਾਲ ਭਰ ਜਾਈਏ ਤੁਹਾਡੀ ਡਾਡੀ ਦੀ ਗੁਰਬਤ ਦੀ ਕਿਸਮ ਜਿਹੜਾ ਸ਼ਾਮ 'ਚ ਉਜੜ ਕੇ ਵੱਲੀ ਮਦੀਨੇ ਆ ਕੇ ਨਾਨੇ ਦੀ ਕਬਰ 'ਤੇ ਝੜ ਪਈ ਤਕੀ ਬਸ ਦੀ ਜਣੀਏ ਨਬੀ ਦੀ ਕਬਰ ਹਲੀਏ ਕਬਰ 'ਚ ਆਵਾਜ਼ ਇਹ ਥੱਕ ਪਈ ਤੂੰ ਤਾਂ ਆਦੀਆਂ ਮੈਂ ਫਿਰਾਂ ਦੀ ਆਦਤੀ ਭਾਈ ਵਾਲਾ ਰੋ ਰੋ ਕੇ ਆਦੀ ਬੈਠੇ ਤੇਰੀ ਕਸਮ ਹੈ ਫਿਰਾਵਾਂ ਦੇ ਬਾਅਦ ਨਾਨਾ ਤੇਰੀ ਉਮਤ ਮੇਕੋ ਬਹੁ ਮਾਰੇ ਨਾਨਾ ਇੱਕ ਦੁੱਖ ਹੀ ਜਿਹਾ ਹੈ ਜੇ ਕੋ ਕਫਨ 'ਚ ਰੋਸਾਂ ਕਬਰ 'ਚ ਰੋਸਾਂ ਕਬਰ 'ਚ ਆਵਾਜ਼ ਏ ਦੁੱਖ ਕਿਹੜਾ ਹੀ 1650 ਮੀਲ ਦੇ ਪੰਧ 'ਚ ਜਾਫਰੀ ਸਾਹਿਬ ਰੋ ਰੋ ਕੇ ਆਦੀ ਨਾਨਾ ਮੰਗਦੇ ਇੱਕੋ ਬੁਰਕਾ ਰਹੀ ਈਸਾ ਦੇ ਉਮਤੀ ਦਿੰਦੇ ਹੈ ਤੇਰੇ ਉਮਤੀ ਲਹਾ ਗਿੰਦੇ ਹੈ ਰੋ ਰੋ ਕੇ ਆਦੀ ਬੈਠੇ ਨਾਨਾ ਮੰਗਦੀ ਬੁਰਕਾ ਹੈ ਮਰੇਂਦੇ ਪੱਥਰ ਮਾਲਿਕ ਉਹ ਜਾਈ ਵੰਜ ਲਿਖਾਉਂਦੇ ਜਿੱਥੋਂ ਹੁਣ ਵੀ ਆਦੀ ਪਈ ਗਾਜ਼ੀ ਭੈਣ ਅਜਾਈ ਜ਼ਖਮੀ ਹੈ ਸਲੇ ਅਲਾ ਮੁਹੰਮਦ ਇਮਾਲ ਮੁਹੰਮਦ ਸਲਵਾਤ ਬਾਵਾਜ਼ ਬੁਲੰਦ ਪੜੋ ਅਲਾ ਕਿਸਮਤ ਦੇ ਵਿੱਚ ਫਿਰ ਕੋਈ ਨਹੀਂ ਕੋਈ ਜ਼ਿਆਦਾ ਨਹੀਂ ਹਸਰਤ ਨਹੀਂ ਜੋ ਮੈਂ ਘੰਟਾ ਪੜ੍ਹਨੇ ਮਕਸਦ ਮੁਕਾਣੇ
ਜਾਵੇ ਮਾਲਕ ਜ਼ਿੰਦਗੀ ਦਰਾਜ਼ ਫਰਮਾਵੇ। ਕਿਸਮਤ ਦੇ ਵਿੱਚ ਫੇਰ ਕੋਈ ਨਹੀਂ ਤੇ ਬੰਦ ਕਰਬਲ ਦਾ ਢੇਰ ਕੋਈ ਨਹੀਂ। ਮੈਂ ਆਪ ਵੰਜਾ ਤਾਂ ਵੰਜ ਨਹੀਂ ਸਕਦਾ, ਹੁਸੈਨ ਸੱਡੇ ਤਾਂ ਦੇਰ ਕੋਈ ਨਹੀਂ। ਅਊਜ਼ ਬਿੱਲਾਹ ਮਿਨ ਸ਼ੈਤਾਨ ਰਜੀਮ, ਬਿਸਮਿੱਲਾਹ ਰਹਿਮਾਨ ਰਹੀਮ, ਸਲਵਾਤ ਅਲਹਮਦੁਲਿਲਾਹ ਅਲਜ਼ੀ ਅਜਜ਼ਤ ਫੀ ਬਿਆਨ ਹੀ ਮੁੱਲ ਵਾਸਫੀਨ, ਸਲਵਾਤ ਅਸਲਾਉ ਤੋ ਵਸਲਾਮ ਵਲਨ ਨਬੀਅਲ ਉਮੀ ਅਲਹਾਦੀ ਅਲ ਮਹਦੀ ਕੌਕਬ ਦੁਰੀ ਅਹਿਮਦ ਮੱਕੀ ਵ ਮੁਹੰਮਦ ਅਲ ਮਦਨੀ ਸੱਲੂ ਅਲੈਹ ਵਸਲਮ ਤਸਲੀਮਾ, ਸਲਵਾਤ ਵਾਹਿਆਕ ਸਜਾਦ ਤੂੰ ਹੁਰਮਿਲ ਕੂੰ, ਇਹਾ ਮਿੰਨਾ ਤੁਜੜੀ ਤੇ ਲਾਏ ਜਾ ਨੀ ਚੜ ਪੋਵੇ ਕਰ ਤਰ ਕੱਪੜਾ ਮੇਰੇ ਪੁੱਤਰ ਦੇ ਸਰ ਤੇ ਭਾਏ ਜਿਹੜਾ ਥੱਕੇ ਨੀ ਮੈਂ ਬੈਠੇ ਸਹੀ ਦਾਦਾ ਫਿਤਰਤ ਦੇ ਜ਼ਮਾਨਾ ਹੈ। ਮਾਂ ਜਿਹੜੀ ਮਜਬੂਰ ਹੋਵੇ ਜਵਾਨੀ ਹੋਵੇ ਆਪ ਧੁੱਪ ਤੇ ਬਾਸੀ ਕਨੀ ਛੋਲੀ ਵਾਲਾ ਪਟਵਾਰੀ ਸਾਹਿਬ ਧੁੱਪ ਤੇ ਨਾ ਸੀ। ਕਿਸਮਤ ਅਸਗਰ ਦੀ ਮਾਂ ਦੀ ਕਰਬਲਾ ਤੁਗਿਨ ਕੇ ਸ਼ਾਮ ਤਾਈਂ ਮਾਂ ਦੇ ਦੀ ਗਈ ਹੈ ਪੁੱਤਰ ਦਾ ਸਰ ਜਵਾਨੀ ਹੋਵੀ ਚੁੰਝਦੇ। ਇੱਕ ਮਕਾਮ ਇਹੋ ਜਿਹੀ ਆਏ ਬਿਮਾਰ ਡਿੱਠੇ ਮਾਂ ਰੋਂਦੀ ਬੈਠੇ ਰੋਂਦਾ ਹੋਇਆ ਸਾਹਮਣੇ ਆ ਬੈਠੇ ਅੰਮਾ ਰੋਂਦੇ ਕਿਉਂ ਆਓ ਰੋ ਗਿਆ ਦੀ ਵਾਂਕ ਸਜਾਦ ਤੁਰ ਮਿਲ ਗੂ ਇਹਾ ਮੀਨਾ ਤੁਜੜੀ ਤੇ ਲਾਏ ਜਾ ਨੀ ਛੜ ਪੋਵੇ ਕਰ ਤਰ ਕੱਪੜਾ ਮੇਰੇ ਪੁੱਤਰ ਦੇ ਸਰ ਤੇ ਭਾਏ ਛ ਨੌਕਰਾਂ ਜਿਹੜੇ ਥੱਕੇ ਨੀ ਮੈਂ ਬੈਠੇ ਰੋ ਰੋ ਕੇ ਆਦਿਆ ਕਾਫਲਾ ਰੁਕੇ ਤਾਂ ਸਾਂਗਸ ਕਰਦੀ ਕਹੇ ਦਰਖਤ ਦੇ ਠਿਕੜਾਏ ਜਾ ਹੋ ਵਿੰਦਲੀ ਜੋ ਮਤਾਂ ਕਹਿ ਸਾਂਗੇ ਪਿਓ ਪੁੱਤਰ ਦੀ ਸਾਂਗ ਰਲਾਏ ਕਰ ਲੱਗ ਦਫਾ ਵਾਂਖ 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 ਸਜਾਦ ਤੂੰ ਹੁਰ ਮਿਲ ਗੂ ਯਾ ਮਿੰਨਾ ਤੁਜੜੀ ਤੇ ਲਾਏ ਜਾ ਨੀ ਚੜ ਪੋਵੇ ਕਰ ਤਰ ਕੱਪੜਾ ਮੇਰੇ ਪੁੱਤਰ ਦੇ ਸਰ ਤੇ ਪਏ ਛ ਰੋ ਰੋ ਖਿਆ ਦੀ ਬੈਠੀ ਕਾਫਲਾ ਰੁਕੇ ਤਾਂ ਸਾਂਗਸ ਕਰਦੀ ਕਾਏ ਦਰਖਤ ਦੇ
ਠੁਕੜਾਏ ਜਾ ਵਿੰਦਲੀ ਜੋ ਵਜੇ ਓ ਮੱਦਾ ਗਾਏ ਸਾਂਗ ਪਿਓ ਪੁੱਤਰ ਦੀ ਸਾਂਗ ਰਲਾਏ ਸ਼ਾਮ ਦੇ ਅਮਨ ਨਿਭਾ ਕੇ ਵਤਨ ਤੇ ਵੱਲ ਆਈ ਮਾਮੂਲ ਹੋਵੇ ਅਮਰੀ ਸੈਣ ਦਾ ਧੁੱਪ ਤੇ ਬਾਂਦੀ ਆਈ ਸ਼ਹਿਜ਼ਾਦਾ ਨੂੰ ਮਿੱਟੀ ਦੀਆਂ ਕਬਰਾਂ ਬਣਾ ਪਾਵੇ ਨਾ ਹਿਕ ਤੇ ਲਿਖ ਪਾਵੇ ਹੱਸ ਕਰਦਾ ਨਾ ਦੂਜੀ ਤੇ ਲਿਖ ਪਾਵੇ ਮਸੂਮਾਂ ਦਾ ਨਾਂ ਅੱਧ 'ਚ ਲਿਖ ਪਾਵੇ ਕਰਬਲਾ ਉਹਦੇ ਗਰੀਬ ਦਾ ਨਾਂ ਮੁਖਤਿਆਰ ਸਰ ਬੈਠਾ ਭਜਿੰਦੇ ਵਾਪਸ ਫੈਲੈਨ ਪੁੱਛਸ ਮੇਰੇ ਸਰਦਾਰ ਦਾ ਹਾਲ ਸਿਪਾਹੀਆਂ ਦੇ ਅਜੇ ਰਤ ਨਹੀਂ ਸੁਰਕਦੀ ਅਤੇ ਤੈਨੂੰ ਨੌਕਰਾਂ ਸਲਾਮ ਬੇਜਸ ਚਾਚੇ ਕੋ ਆਖੇ ਤਖ਼ਤ ਨਸੀਬ ਹੋਈ ਬਖਤ ਬੁਲੰਦ ਹੋਣੀ ਅਜੇ ਮੇਰੀ ਮਾਂ ਛਾਂ ਤੇ ਨਹੀਂ ਮੰਨਦੀ ਨੌਕਰਾਂ ਮੈਂ ਬਿਸਮਿਲਾ ਕਰਾਂ ਬੇਜਾਨ ਸਿਪਾਹੀਆਂ ਕੋ ਹੁਕਮ ਦਿੱਤਾ ਸੀ ਜਿਤਨੀ ਜਲਦੀ ਹੋ ਸਕਦਾ ਕਮੀਨੇ ਨੂੰ ਦਰਬਾਰ ਗਿਣੋ ਸ਼ੇਰਾ ਦਾ ਹਰਾਮੀ ਦਰਬਾਰ ਜਾਏ ਮੂੰਹ ਤੇ ਤਮਾਚਾ ਮਾਰ ਕੇ ਆਦੇ ਪਰਦੇ ਸਲਾਮਤ ਹੋਣੇ ਆਦੇ ਜ਼ਾਲਮ ਦਾ ਬੱਚਾ ਕਰਬਲਾ ਉਹਦੇ ਮੈਦਾਨ 'ਚ ਬੜੇ ਬੜੇ ਜਿਗਰ ਵਾਲੀਆਂ ਮਾਵਾਂ ਹਨ ਜਿਹੜੀ 18 ਸਾਲ ਬੁਰਕਿਆਂ 'ਚ ਪਲੈਂਦੀ ਰਹੀ ਉਹ ਮਾਂ ਛਾਂ 'ਤੇ ਬੈਠੀ ਠੱਡਾ ਪਾਣੀ ਪੀਤਾ ਸੀ ਜਿਹੜੀ 13 ਸਾਲ ਰੰਡੇ ਵਿੱਚ ਪਲੈਂਦੀ ਰਹੀ ਹੈ ਜਿਹੜੀ ਸ਼ਾਮ ਤਾਈਂ ਆਉਂਦੀ ਗਈ ਹੈ ਕਿੱਥੋਂ ਸੁੱਤਾ ਹੈ ਮੈਂ ਲੱਗਣਾ ਉਹ ਮਾਂ ਛਾਂ 'ਤੇ ਬੈਠੀ ਠੱਡਾ ਪਾਣੀ ਪੀਤਾ ਸਾਲ ਮਾਂ ਕਿਹੋ ਜਿਹਾ ਜ਼ੁਲਮ ਕੀਤਾ ਹੁਸੈਨ ਦੇ ਸਗੀਰ 'ਤੇ ਜਾਂਦੀ ਮਾਂ ਅਜਾ ਤਾਈ ਨਾ ਛਾਂ 'ਤੇ ਬੰਦੀ ਨਾ ਠੱਡਾ ਪਾਣੀ ਪੀਂਦੀ ਹੈ ਜਿਹੜਾ ਬੰਦਾ ਹੁਣ ਤੈਨੂੰ ਨਾ ਜਿਹੜਾ ਮੁਖਤਿਆਰ ਜਾਂ ਗੱਲ ਪੁੱਛੀ ਹਰਾਮੀ ਹੈਰਤ ਨਾ ਹਲਾ ਦੇ ਮੁਖਤਿਆਰ ਅਜਾ ਉਹ ਮਾਂ ਜੀਂਦੀ ਹੈ ਆਦੇ ਜ਼ੁਲਮ ਕਿਹੜਾ ਕੀਤਾ ਅਦੇ ਨਾ ਪੁੱਛਿਆ ਤਾਂ ਚੰਗਾ ਮੁਖਤਿਆਰ ਦੇ ਤਾਜ਼ਿਆਂ ਨੇ ਮਾਰੋ ਤਾਜ਼ਿਆਂ ਨੇ ਲੱਗੇ ਭਾਈ ਗੁਲਾਮ ਮੁਰਤਜ਼ਾ ਦੇ ਮੁਖਤਿਆਰ ਨਾ ਕੋ ਰੋਕ ਮੈਂ ਦੱਸਿਆ ਕਰਬਲਾ ਦੇ ਮੈਦਾਨ 6 ਤੀਰ ਗਿਣ ਗਿਆ ਤਰਾਏ ਖਾਲੀ ਗਏ ਤਰਾਏ ਇੰਜ ਲੱਗੇ ਜਿਹਨਾਂ ਅਰਸ਼ੀਆਂ ਕੋ ਅਰਸ਼ ਤਰੁਆਏ ਫਰਸ਼ੀਆਂ ਕੋ ਫਰਸ਼ ਤਰੁਆਏ ਜਿਹੜੇ ਗਾਜ਼ੀ ਦੇ ਨੌਕਰ ਬੈਠੇ ਹੋ ਆਦੇ ਮੁਖਤਿਆਰ ਮੈਂ ਪਹਿਲਾ ਤੀਰੂ ਮਿਲ ਚਲਾਏ ਗਾਜ਼ੀ ਜਿਹਨਾਂ ਮਸ਼ਕ ਭਰੀ ਆਉਂਦਾ ਬਾਜ਼ੂ ਕਲਮ ਥੀ ਗਿਆ ਮਸ਼ਕ ਸੀਨੇ ਟੀਨ ਛੁਪਈ ਵਧਾ ਜਿਵੇਂ ਮਾਂ ਗਰਮੀ ਸਰਦੀ ਤੂੰ ਬੱਚੇ ਕੁਛ ਪੈਂਦੀ ਜਵਾਨੀ ਹੋਈ ਆਦੇ ਉਮਰ ਹਰਾਮੀ ਮੇਰੇ ਕੋਲ ਆਈ ਅਜਿਹਾ ਤੀਰ ਮਾਂ ਗਾਜ਼ੀ ਪਾਣੀ ਖੈਮੇ ਨਾ ਗਿਲੂ ਆਦੇ ਮੁਖਤਿਆਰ ਮੈਂ ਅੱਬਾਸ ਦਾ ਤਵਾਵ ਸ਼ੁਰੂ ਕੀਤਾ ਹਿੱਕ ਜਾ ਤੂੰ ਮਸ਼ਕ ਨਜ਼ਰ ਆਈਏ ਆਦੇ ਮੈਂ ਤੀਰ ਮਾਰੇ ਤੀਰ ਮਸ਼ਕ ਚ ਰਹਿੰਦਾ ਹੈ ਅੱਬਾ ਉਸਦੀਆਂ ਪਸਲੀਆਂ 'ਚ ਵੰਜ ਲਗਾਏ ਆਦੇ ਮੁਖਤਿਆਰ ਪਸਲੀਆਂ ਦਾ ਦੁੱਖ ਨਸ ਜਿਹੜਾ ਪਾਣੀ ਲੁੜਦਾ ਰਿਠਾ ਹੈ ਹੱਕਲ ਮਾਰ ਕੇ ਆਦੇ ਘੋੜਾ ਹੁਣ ਪਿੱਛਾ ਵੱਲ ਅੱਜ ਮੈਂ ਹੁਸੈਨ ਦੀ ਧੀ ਦੇ ਸਾਹਮਣੇ ਕਿਵੇਂ ਵੈਸਾ ਨੌਕਰਾਂ ਮੈਂ ਬਿਸਮਿਲਾ ਕਰਾਂ ਮੁਖਤਿਆਰ ਉਹਦੇ ਦਾਲੇ ਮਾਂ ਦੂਜਾ ਤੀਰਾ ਦੇ ਉਸ ਲੈ ਚਲਾਏ ਜਿਹੜਾ ਸ਼ਬੀਰ ਪੁੱਤਰ ਕੋ ਹੱਥਾਂ 'ਤੇ ਚਾਹੀ ਖੜਾ ਜਿਹੜੇ ਛੋਟੀ ਔਲਾਦ ਲੈ ਬੈਠੇ ਮੁਖਤਿਆਰ ਉਹਦੇ ਦਾਲੇ ਮਾਂ ਮੈਂ ਕੋ ਉਸ ਗੱਲ ਦਾ ਜਵਾਬ ਦੇ ਜੋ ਮਾਂ ਜਾਂ ਤਾਈਂ ਛਾਂ 'ਤੇ ਕਿਉਂ ਨਹੀਂ ਬਣਦੀ ਆਪਦੇ ਮੁਖਤਿਆਰ ਉਹ ਮਾਂ ਛਾਂ 'ਤੇ ਕਿਵੇਂ ਬਾਵੇ ਜਿਹੜਾ ਮੈਂ ਤੀਰ ਮਾਰਾ ਹੈ ਕੋਈ ਫਾਸਲਾ ਨਾ ਜਿਹੜਾ ਕਨਾ ਉਹਦੇ ਅੰਦਰੋਂ ਖੜ ਕੇ ਆਦੀ ਰਹੀ ਨਮਾਰ ਇੱਕ ਬੋਲੀ ਬੋਲਣ ਦੀ ਡਾਹ ਨਹੀਂ ਆਉਂਦੀ
ਸਰ ਕਲਮ ਕੀਤਸ, ਘੋੜੇ ਦੀ ਗਰਦਨ ਨਾਲ ਬੱਧਸ। ਬਸ ਆਖਰੀ ਵਾਇਣ ਆਪ ਮਦੀਨੇ ਪਹੁੰਚਿਆ ਹੈ, ਦਕੁਲ ਬਾਪ ਕੀਤਸ ਸੈਦਾਂ ਦੀ ਪਾਕ ਦਈ ਮਲਕੇ ਜ਼ੰਜਬਾਰ ਸਾਹਿਬ ਦਰਵਾਜ਼ੇ ਤੇ ਆਦੇ ਬੀਬੀ ਮੈਂ ਆਪਣੇ ਮੁਰਸ਼ਦ ਸਜਾਦ ਕੋ ਮਿਲਣਾ ਹੈ। ਸੈਯਦਾ ਦਾ ਕੁਝ ਦੇਰ ਦੇ ਬਾਅਦ ਗਰੀਬ ਬਹਿਰੇ ਕਮਰ ਝੁਕੀ ਹੋਈ, ਅੱਖਾਂ ਚੋਂ ਰੱਤ ਵਧੀ ਵਹਿੰਦੀਆਂ ਦੇ ਮੌਲਾ ਕਮਰ ਕਿਉਂ ਝੁਕ ਗਈ, ਅੱਖਾਂ ਚੋਂ ਰੱਤ ਕਿਉਂ ਵਧੀ ਵਹਿੰਦੀ ਆਈ। ਰੋ ਰੋ ਕੇ ਆਦਾ ਬੈਠਾ ਹੈ, ਡਿੱਠੀ ਮਾਂ ਟੁਰਦੀ ਬਾਹਰ ਦੇ ਵਿੱਚ ਗਈਆਂ ਅੱਖੀਆਂ ਰੰਗ। ਨੌਕਰਾਂ ਮੈਂ ਬਿਸਮਿਲਾ ਕਰ, ਧੀਆਂ ਦੇ ਪਰਦੇ ਹੋਣ, ਆਦੇ ਮੌਲਾ ਤੁਹਾਡੇ ਛੋਟੇ ਫਿਰਾਂ ਦੇ ਕਾਤਿਲ ਦਾ ਸਰ ਗਿਨਾ ਹੈ। ਅੰਦਰ ਲੱਗੀ ਵਜੋਂ ਮਾਂ ਕੁਮੰਜਾ ਖੁੱਛਾਂ ਤੇ ਬਾਏ ਠੱਡਾ ਪਾਣੀ ਪੀ ਰੱਤ ਵਧੀਏ। ਸੈਯਦਾ ਦੇ ਚਾਚਾ ਗੱਲ ਔਖ ਕੀਤੀ, ਮੇਰੀ ਮਾਂ ਏ ਮਿੰਨਤ ਦੀ ਜਾ ਆਇਆ ਦੇ ਮੌਲਾ ਮੇਰੀ ਤਰਫੋਂ ਮਿੰਨਤ ਵੰਜ ਕਰ। ਰੋਂਦਾ ਹੋਇਆ ਉੱਠਾ ਹੈ ਜਿੱਥੇ ਮਾਂ ਧੁੱਪ ਤੇ ਬੈਠੀ ਆਈ, ਅੰਮਾ ਬੀਬੀਆ ਦੇ ਸਜਾ ਦੇ ਗਰਮੀ ਡਾਢੀ ਹੈ ਛਾਂ ਤੇ ਵਾਲੋ। ਜਿਹੜਾ ਬੰਦਾ ਹੁਣ ਤੇ ਨਿਰਨਾ ਦੇ ਅੰਮਾ ਅਸਗਰ ਦੇ ਕਾਤਿਲ ਦਾ ਸਰ ਚਾਚਾ ਮੁਖਤਿਆਰ ਚਾਹੀ ਵਧਾ। ਜਿਹੜੇ ਰੋਵਣ ਆਏ ਬੈਠੋ ਬੀਬੀਆ ਦੇ ਸਜਾਦ ਮੈਂ ਕੁਰਤੋ ਕਾ ਪੱਤਾ ਹੈ, ਅੰਮਾ ਤੁਹਾਨੂੰ ਕੈ ਦੱਸਾਂ ਹੈ। ਬੀਬੀਆ ਦੇ ਸਜਾਦ ਰਾਤ ਖਾਬ ਦੇ ਆਲਮੀ ਤੇਰਾ ਛੋਟਾ ਫਿਰਾ ਕਿਸਨੀਆਂ ਦੇ ਭਾਰ ਵਧਾ ਟੁਰ ਮੇਰੇ ਪਾਸੇ ਲੈ ਕੇ ਆਦੇ ਅੰਮਾ ਚਾਚਾ ਮੁਖਤਿਆਰ ਮੇਰੇ ਕਾਤਿਲ ਦਾ ਸਰ ਚਾਹੀਆ। ਅੰਮਾ ਸ਼ਰੀਅਤ ਦਾ ਬੁਰਕਾ ਜਪਵੇ ਦਰਵਾਜ਼ੇ ਤੇ ਲੱਗੀ ਵੰਜੇ, ਚਾਚੇ ਤੂੰ ਪੁੱਛੇ ਜ਼ਾਲਿਮ ਤੂੰ ਪੁੱਛਾ ਲਾਵੇ ਮੇਰਾ ਜੁਰਮ ਕਿਹੜਾ ਹਾ। ਨਾ ਕਰਾਂ ਮੈਂ ਬਿਸਮਿਲਾ ਕਰਾਂ, ਅੰਮਾ ਛਾਂ ਤੇ ਬਹਿ ਜਵਾਨੀ ਹੋਈ। ਅੰਮਾ ਮੈਂ ਚਾਚੇ ਨਾਲ ਵਾਦਾ ਕਰ ਆਇਆ, ਬੀਬੀ ਆਦੇ ਸਜਾ ਤੂੰ ਜੀਂਦੇ ਨਾਲ ਵਾਦਾ ਕਰ ਆਏ। ਮਾਂ ਮਰ ਵੰਜੀ ਮੈਂ ਉਹਦੇ ਨਾਲ ਵਾਦਾ ਕਰ ਆਇਆ, ਜਿਹਦੀ ਲਾਸ਼ ਧੁੱਪ ਤੇ ਪਈ ਆਈ ਮੈਂ ਕੋ ਨਹੀਂ ਭੁੱਲਦਾ ਵੇਲਾ। ਜਲਾ ਝੱਕੀ ਜਾਂ ਤੇ ਗਰੀਬ ਦੀ ਲਾਸ਼ ਆਈ, ਸਫੈਦ ਰੰਗ ਦੇ ਪੱਖੀ ਛਾਂ ਬਣਾਈ ਖੜੇ ਹੋਏ ਆਪਣੀ ਜ਼ਬਾਨ ਜਾਦੇ ਮੌਲਾ ਤੇਰੇ ਬਦਨ ਤੇ ਨਾਲ ਮੀਂਹ ਦੀਆਂ ਕਣੀਆਂ ਨਹਸਾਂ ਦਾ। ਨਾ ਕਰਾਂ ਮੈਂ ਬਿਸਮਿਲਾ ਕਰਾਂ, ਜਿਹੜਾ ਬੰਦਾ ਹੁਣ ਤੇ ਨਹੀਂ ਰੋਨਾ ਹੱਕਲ ਮਾਰ ਕੇ ਦੇ ਸਜਾਦ ਹਰ ਕੋਈ ਮੈਂ ਕੁਆ ਦੇ ਛਾਂ ਤੇ ਬੋਏ। ਮਾਂ ਮਰ ਵੰਜੀ ਤੈ ਕੋਈ ਨਹੀਂ ਆਦਾ ਰਾਤ ਨਾ ਰੋ, ਸੈਯਦਾ ਦਾ ਰਾਤ ਰੋਕਣ ਦਾ ਨਾਮ ਹੈ। ਰੋਂਦਾ ਰੋਂਦਾ ਮਿੱਟੀ ਤੇ ਬਹਿ ਗਏ, ਰੋ ਰੋ ਕੇ ਆਦਾ ਬੈਠਾ ਨਹੀਂ ਰਾਤ ਰੁਕਦੀ। ਹੋ ਮੇਰੀਆਂ ਅੱਖੀਆਂ ਤੂੰ ਆਂਦੇ ਸ਼ਾਮ ਦਾ ਯਾਦ ਬਾਜ਼ਾਰ, ਹੋ ਮੇਰੀਆਂ ਫੁੱਫੀਆਂ ਮਾਵਾਂ ਆਇਆ ਫਲਹਾਨ ਕੁਲ ਸ਼ਾਮੀ ਹਾਲ ਹਸਵਾਰ। ਸੈਯਦ ਮਾਫੀ ਦੇ ਸੋ ਰੋ ਰੋ ਗਿਆ ਦੇ ਮੈਂ ਕੋ ਪੱਥਰ ਮਰੇ ਦੇ ਆਇਓ ਹਨ ਸ਼ਾਮੀ ਮੇਰੇ ਨਾਲ ਲਾਲ ਪਰਦਾਦਾਰ ਆਇਓ ਦੇਖ ਲਾ ਚਾਰੀ ਫੁੱਫੀਆਂ ਦੀ ਤਹੀਂ ਰਾਤ ਰੁਨੋ ਮੈਂ ਆਖਰੀ ਵਣ ਨਾ ਕਰਾਂ ਜਵਾਨੀ ਹੋਈ ਮੈਂ ਬਿਸਮਿਲਾ ਕਰਾਂ।
ਜਿਹਨਾਂ ਦੀ ਠੇ ਮਾਂ ਨਹੀਂ ਉੱਡਦੀ ਉਹਨਾਂ ਹੀ ਟੁਰਾਇਆ ਜਿੱਤਾਂ ਫੁੱਪੀਆਂ ਤੇ ਮਾਵਾਂ ਬੈਠੀਆਂ ਨਲੀ ਦੀਆਂ ਧੀਆਂ ਦੀ ਪਈ ਨਿਗਾਹ ਹੱਕਲ ਮਾਰ ਕਹਦੇ ਅੰਮਾ ਮੇਰੀ ਮਾਂ ਗੁੱਛਾਂ ਤੇ ਬਹਾਨ ਚਾਚਾ ਮੁਖਤਿਆਰ ਆਇਆ ਖੜਿਆ ਲੀ ਦੀਆਂ ਨੋਹਾਂ ਤੇ ਧੀਆਂ ਸਹੀ ਅਦਾ ਉੱਠੀ ਪਈਏ ਅਸਗਰ ਦੀ ਮਾਂ ਦੀ ਪਈ ਨਿਗਾਹ ਆਸਮਾਨ ਦਾ ਮੂੰਹ ਖਿਦ ਹੱਕਲ ਮਾਰ ਕਹਦੇ ਮੇਰਾ ਅੱਲਾ ਮੇਰੀ ਗੁਰਬਤ ਨੇ ਅਲੀ ਬਾਦਸ਼ਾਹ ਦੀਆਂ ਨੋਹਾਂ ਤੇ ਧੀਆਂ ਮੇਰੇ ਕੋਲ ਸਵਾਲ ਹੀ ਬਣ ਕੇ ਪਈਆਂ ਅਲੀ ਦੀ ਧੀ ਸਾਹਮਣੇ ਆਈਏ ਭਰਜਾਈ ਮੇਰੇ ਲੇਖ ਤੂੰ ਕਹਿ ਦੀ ਧੀਏ ਬੀਬੀਆਂ ਦੇ ਮੈਂ ਇਮਰਾਵਲ ਕਹਿ ਦੀ ਧੀਆਂ ਮੈਂ ਕਹਿ ਦੀ ਧੀਆਂ ਜਿਹਨਾਂ ਬੇਸਾਖਤਾ ਪੁਰਸ਼ਾਂ ਨੇ ਬਣਾਇਆ ਦੇ ਤੂੰ ਹੈ ਦਰ ਕਰਾਰ ਦੀ ਧੀਏ ਬੀਬੀਆਂ ਦੇ ਭਰਜਾਈ ਧੀਆਂ ਦੇ ਪੇ ਕੇ ਘਰ ਚ ਮਾਣ ਕਿਤਨੇ ਦਹੀ ਆਉਂਦੇ ਆਦੇ ਜਿਤਨੇ ਦਹੀ ਪਿਓ ਜਿੰਦਾ ਹੋਵੇ ਪਿਓ ਦੇ ਬਾਦ ਮਾਣ ਫਿਰਾਵਾਂ ਦੇ ਆਉਂਦੇ ਬੀਬੀਆਂ ਦੇ ਮੈਂ ਲੇਖ ਮੇਰੇ ਮਾਣ ਕਰਬਲਾ ਮੁਗ ਗਏ ਰੋ ਰੋ ਕੇ ਆਦੀ ਬੈਠੀ ਢਾਲ ਪਖ ਦਵਾਉਂਦੇ ਲੈ ਹੋ ਦੁੱਖ ਆਵੇਂਦੇ ਲੈ ਭਰ ਜਾਈ ਲੈ ਤਾਂ ਦਾ ਦੇ ਇਹਦੇ ਦੁੱਖ ਵਣ ਲੈ ਕਿਤੇ ਕਰ ਤੇਰਾ ਜਿੰਦਾ ਸਜਾ ਦੇ ਜ਼ਰਾ ਤੀਤ ਤਖਰ ਹੋ ਮਾਏ ਉਜੜੀ ਤੇ ਜਿਵੇਂ ਮਾਏ ਥਈਆ ਬਰਬਾਦ ਕਰ ਨਸਲ ਖਤਮ ਅਬਦੁੱਲਾ ਦੀ ਵਾਂਝ ਥੀ ਸ਼ਾਮ ਆਖਰੀ ਵਾਇਣ ਮਿੰਬਰ ਦੀ ਕਸਮ ਆ ਦੇ ਮੈਨੂੰ ਸਹਾਰਾ ਦਿਓ ਤਲੀਆਂ ਟੈਕ ਉੱਠੀਏ ਬਿਮਾਰ ਡਿਠਾ ਮਾਂ ਉਹਦੀਆਂ ਅੱਖਾਂ ਬੰਦ ਹੁੰਦੀਆਂ ਵੈਂਦੀਆਂ ਨੂੰ ਮੁੱਠੀ ਕੁੱਟੀਆਂ ਵੈਂਦੀਆਂ ਹੱਕਲ ਮਾਰ ਕਹਿ ਦੇ ਅੰਮਾ ਮੇਰੀ ਮਾਂ ਗੁਸਮਾਜ ਕੰਨ ਲਾਏ ਆਵਾਜ਼ ਪਈ ਆਉਂਦੀ ਆਈ ਮਹਾਰੀ ਮੇਰੀ ਕਬਰ ਬਣਾਵੇ ਹਾਂ ਧੁੱਪ ਤੇ ਬਛੜਾ ਹੋਵੇ ਕਰ ਬਲ ਵਾਲੇ ਰਾਤ ਆਇਆ ਹਸ਼ਰ ਤਈ ਮਦਦ ਸਾਮੀ ਜਨਾਬ ਦੇ ਸਾਹਮਣੇ ਵਾਲਦ ਮਾਰੂਫ ਮਦਲੇ ਵੈਦ ਕਾਰੀ ਅਲਕਾ ਸਾਹਿਬ ਬੈਰੇ ਜ਼ਿਕਰੇ ਮਸਾਹਿਬ ਜਨਾਬ ਜਵੇਦ ਅਬਾਸ ਪਾਸ਼ਾ ਸਾਹਿਬ ਆਫ ਚਕਵਾਲ ਇਹਨਾਂ ਤੋਂ ਬਾਅਦ ਜ਼ਾਕਿਰ ਆਲੇ